देश दुनिया की हर वड्डी खबर दे हुणे डाउनलोड करो नंबर 1 न्यूज़ ऐप दैनिक सवेरा टाइम्स। मेरा पोतरा भी सी, मेरा पुत भी सी, मैं तो लुटिया गया। मैं तो सुरीले सुरीला जिहड़ा संगीत जगत है उहदे विचों कोई भी नुकसान हो वो मैं अपना समझदा। ਵੱਡਾ ਘਾਟਾ ਪਿਆ, ਉਹ ਵੱਡੇ ਤੋਂ ਵੀ ਵੱਡਾ ਘਾਟਾ ਪਿਆ, ਕਿਉਂਕਿ ਐਸੇ ਜਿਹੜੇ ਬੱਚੇ ਉੱਠਦੇ ਆ ਸੁਰੀਲੇ ਬੱਚੇ, ਉਹਨੇ ਪਤਾ ਨਹੀਂ ਕੀ ਬਣਨਾ ਸੀ, ਉਹ ਤਾਂ ਬਹੁਤ ਅੱਗੇ ਜਾ ਰਿਹਾ ਸੀ। ਇੱਕ ਤਾਂ ਸਾਡੀ ਇੰਡਸਟਰੀ ਪੰਜਾਬ ਦੀ ਆ, ਇਹ ਤਾਂ ਹਿੰਦੁਸਤਾਨ ਦੀ ਇੰਡਸਟਰੀ ਵੀ ਨਹੀਂ ਹੈ, ਤਾਂ ਵਰਲਡ ਦੀ ਇੰਡਸਟਰੀ ਦੇ ਵਿੱਚ ਮੁੰਡਾ ਕਾਮਯਾਬ ਸੀਗਾ। ਇਹ ਲੜਕਾ ਇਹੋ ਜਿਹਾ ਲੜਕਾ, ਧੱਕਾ ਬਹੁਤ ਕੀਤਾ ਰੱਬ ਨੇ। ਐਸਾ ਫਨਕਾਰ ਜਿਹੜਾ ਨਾ ਕਰੋੜ ਸਾਲ ਉਮਰ ਹੋਣੀ ਚਾਹੀਦੀ ਹੁੰਦੀ। ਦੇਖੋ ਜੀ, ਸਾਲ ਹੀ ਬਹੁਤ ਮਾੜਾ ਚੜਿਆ ਜੀ। ਕਲਾਕਾਰ ਸਾਡੇ ਫਨਕਾਰ ਇੰਨੇ ਅੱਛੇ ਜਾਈ ਜਾਂਦੇ ਆ, ਮੈਂ ਤਾਂ ਸਵੇਰੇ ਨਿਊਜ਼ ਦੇਖੀ, ਮੈਨੂੰ ਯਕੀਨ ਨਹੀਂ ਆ ਰਿਹਾ ਸੀ, ਕਿਉਂਕਿ ਬਹੁਤ ਰੂਹ ਵਾਲਾ ਮੁੰਡਾ ਸੀਗਾ। महज 31 साल की उम्र के दिलजान इस दुनिया तो रुखसत हो गए, परिवार को सदीवी विछोड़ा दे गए, नाल दी नाल उन्हां दे जिन्ने भी प्रशंसक ने वो पूरे इस वेले सदमे दे विच ने। परिवार दे नाल हमदर्दी जाहर करन दे लई पूरन शाहकुट्टी जी आए ने। शाहकुट्टी जी, वड्डा घाटा पिया संगीत जगत नूं, की कहोगे? बहुत बहुत तुसीं आप ही आखदे तां कि वड्डा घाटा पिया, वो वड्डे तों भी वड्डा घाटा पिया, क्योंकि ऐसे जिहड़े बच्चे उठदे आ सुरीले बच्चे, ਉਹਨੇ ਪਤਾ ਨਹੀਂ ਕੀ ਬਣਨਾ ਸੀ, ਉਹ ਤਾਂ ਬਹੁਤ ਅੱਗੇ ਜਾ ਰਿਹਾ ਸੀ, ਉਹ ਪੂਰੀ ਸਪੀਡ ਨਾਲ ਅੱਗੇ ਜਾ ਰਿਹਾ ਸੀਗਾ। ਅਤੇ ਚੰਗੇ ਸੁਰੀਲੇ ਲੋਕ ਜਿਨ੍ਹਾਂ ਦੀ 30-30, 40-40 ਸਾਲ ਦੀ ਸੀਗੀ ਮਤਲਬ ਇਬਾਦਤ, ਉਹਨਾਂ ਦੀ ਲਾਈਨ 'ਚ ਖੜੋਤਾ ਸੀ ਉਹ ਤਾਂ, ਕਿਉਂਕਿ ਸੁਰਖ ਖੇਤਰਾ ਵਰਗਾ ਜਿਹੜਾ ਕੰਪੀਟੀਸ਼ਨ ਆ, ਜਿਹੜਾ ਵਰਲਡ ਦਾ ਕੰਪੀਟੀਸ਼ਨ ਸੀ, ਉਹ ਜਿੱਤਣਾ ਮੈਂ ਜਿੱਤਿਆ ਹੀ ਸਮਝਦਾ, ਕਿਉਂਕਿ ਉਹ ਤਾਂ ਹੋਰ ਤਰ੍ਹਾਂ ਦੀਆਂ ਗੱਲਾਂ ਸੀ ਜੀ। ਅਤੇ ਉਹ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਉਹ ਦਿਲਜਾਨ ਦਾ ਹੀ ਕੰਮ ਸੀਗਾ। ਅਤੇ ਇੱਕ ਤਾਂ ਪ੍ਰਸਿੱਧੀ ਹੁੰਦੀ ਪੰਜਾਬ ਲੈਵਲ ਦੀ, ਇਹ ਤਾਂ ਪੂਰੀ ਭਾਰਤ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਫੇਮਸ ਹੋ ਗਿਆ ਸੀ। ਨਹੀਂ, ਇੱਕ ਤਾਂ ਸਾਡੀ ਇੰਡਸਟਰੀ ਪੰਜਾਬ ਦੀ ਆ, ਇਹ ਤਾਂ ਹਿੰਦੁਸਤਾਨ ਦੀ ਇੰਡਸਟਰੀ ਵੀ ਨਹੀਂ ਹੈ, ਤਾਂ ਵਰਲਡ ਦੀ ਇੰਡਸਟਰੀ ਦੇ ਵਿੱਚ ਮੁੰਡਾ ਕਾਮਯਾਬ ਸੀਗਾ। ਇਹ ਲੜਕਾ ਇਹੋ ਜਿਹਾ ਲੜਕਾ, ਧੱਕਾ ਬਹੁਤ ਕੀਤਾ ਰੱਬ ਨੇ ਜੀ। ਐਸਾ ਫਨਕਾਰ ਜਿਹੜਾ ਨਾ ਕਰੋੜ ਸਾਲ ਉਮਰ ਹੋਣੀ ਚਾਹੀਦੀ ਉਹਦੀ। ਤੁਹਾਨੂੰ ਤਾਂ ਗੁਰੂ ਜੀ ਗੁਰੂ ਮੰਨਦਾ ਸੀਗਾ, ਤੁਸੀਂ ਸਿੱਖਿਆ ਵੀ ਦਿੱਤੀ ਉਹਨੂੰ ਸੰਗੀਤ ਦੀ, ਕਿੱਦਾਂ ਦਾ ਸਫ਼ਰ? ਮੇਰੇ ਕੋਲ ਵੀ ਆਉਂਦਾ ਸੀ ਵੈਸੇ, ਉਹਦੇ ਡੈਡੀ ਜੀ, ਉਹਦੇ ਚਾਚਾ, ਉਹਦੇ ਚਾਚੇ ਤਾਏ ਮਦਨ ਲਾਲ ਮਡਾਰ ਸਾਹਿਬ, ਮਡਾਰ ਕਰਤਾਰ ਵੀ ਉਹਨਾਂ ਦੀ ਦੇਖ ਰੇਖ ਵਿੱਚ ਅੱਗੇ ਜਾ ਰਿਹਾ ਸੀਗਾ। ਅਤੇ ਵੈਸੇ ਮੈਨੂੰ ਤਾਂ ਸਾਰੇ ਜਿਹੜੇ ਮੁੰਡੇ ਗਾਉਂਦੇ, ਗਾਉਣ ਵਜਾਉਣ ਦਾ ਕੰਮ ਕਰਦੇ, ਉਹ ਸਾਰੇ ਜਿਹੜੇ ਨੌਜਵਾਨ ਮੈਨੂੰ ਉਸਤਾਦ ਹੀ ਕਹਿੰਦੇ, ਗੁਰੂ ਜੀ ਕਹਿੰਦੇ ਰਹਿੰਦੇ। ਵੈਸੇ ਜਿਹੜੀ ਮਿਹਨਤ ਸੀ ਨਾ, ਤਪੱਸਿਆ ਜਿਹੜੀ ਸੀ, ਜਿਹੜੀ ਜਿਹਨੇ ਛੋਟੇ ਜਿਹੇ ਦਿਲਜਾਨ ਨੂੰ ਉਂਗਲੀ ਲਾ ਕੇ ਜਿਹਨਾਂ ਨੇ ਅੱਗੇ ਲਗਾਇਆ, ਉਹ ਮਡਾਰ ਸਾਹਿਬ ਹੈ, ਮਦਨ ਲਾਲ ਮਡਾਰ, ਮਡਾਰ ਕਰਤਾਰ ਵੀ ਉਹਨਾਂ ਦਾ ਸ਼ਾਇਰੀ ਦੇ ਮਾਮਲੇ 'ਚ ਨਾਮ ਆਉਂਦਾ। ਅਤੇ ਉਹ ਮੇਰੇ ਸ਼ਾਗਿਰਦ ਆ, ਮਡਾਰ ਸਾਹਿਬ, ਮਦਨ ਲਾਲ ਮਡਾਰ ਸਾਹਿਬ ਮੇਰੇ ਸ਼ਾਗਿਰਦ ਆ। ਮੇਰਾ ਪੋਤਰਾ ਵੀ ਸੀ, ਮੇਰਾ ਪੁੱਤ ਵੀ ਸੀ, ਮੈਂ ਤਾਂ ਲੁੱਟਿਆ ਗਿਆ। ਮੈਂ ਤਾਂ ਸੁਰੀਲੇ ਸੁਰੀਲਾ ਜਿਹੜਾ ਸੰਗੀਤ ਜਗਤ ਆ ਉਹਦੇ ਵਿੱਚੋਂ ਕੋਈ ਵੀ ਨੁਕਸਾਨ ਹੋਵੇ ਉਹ ਮੈਂ ਆਪਣਾ ਸਮਝਦਾ, ਰੱਬ ਕਰੇ ਨਾ ਜੀ ਜੀ। ਔਰ ਮਿਹਨਤ ਦੀ ਗੱਲ ਕਰੀਏ ਤਾਂ ਤੁਹਾਨੂੰ, ਤੁਹਾਡੇ ਨਾਲ ਰਾਬਤਾ ਕਾਇਮ ਹੁੰਦਾ ਰਹਿੰਦਾ ਸੀ, ਲੱਗਦਾ ਬਹੁਤ ਮਿਹਨਤੀ ਸੀ ਦਿਲਜਾਨ? ਬਹੁਤ ਬਹੁਤ ਬਹੁਤ, ਉਹ ਆ ਜਾਂਦਾ ਸੀ ਮੇਰੇ ਕੋਲ, ਆਪਣੇ ਮਡਾਰ ਸਾਹਿਬ ਦੇ ਨਾਲ ਆ ਜਾਂਦਾ ਸੀ ਦਿਲਜਾਨ, ਅਤੇ ਹਰ ਜਗ੍ਹਾ ਮੇਰੀ ਇੱਜ਼ਤ ਕਰਦਾ ਸੀ। ਕੋਈ ਵੀ ਮਿਊਜ਼ਿਕ ਦਾ ਮਸਲਾ, ਕੋਈ ਜਿਹੜਾ ਹੱਲ ਕਰਾਉਣਾ ਹੁੰਦਾ ਸੀ ਉਹਨੇ, ਉਹ ਮੇਰੇ ਕੋਲ ਆ ਜਾਂਦਾ ਸੀ। ਮੈਂ ਜਰਾ ਬਜ਼ੁਰਗ ਹਾਂ, ਮੈਂ ਜ਼ਿਆਦਾ ਦੁਨੀਆ ਵੇਖੀ ਆ, ਇਸ ਕਰਕੇ ਮੇਰੇ ਤਜਰਬੇ ਦੇ ਮੁਤਾਬਕ ਉਹ ਮੇਰੇ ਤੋਂ ਵੀ ਸਿੱਖ ਲੈਂਦਾ ਸੀ ਕੁਛ ਜੀ। ਔਰ ਇਸ ਸਾਲ ਦੀ ਗੱਲ ਕਰੀਏ ਤਾਂ ਨਰਿੰਦਰ ਚੰਚਲ ਜੀ, ਸੁਰਾਂ ਦੇ ਸਰਤਾਰ, ਸਰਦੂਰ ਸਿਕੰਦਰ, ਫਿਰ ਦਿਲਜਾਨ, ਵੱਡੇ ਘਾਟੇ ਪਏ ਇਸ ਸਾਲ ਦੇ ਵਿੱਚ? ਨਹੀਂ ਨਹੀਂ, ਲਾਈਨ ਹੀ ਲੱਗ ਗਈ ਆ, ਕਹਿਰ ਦੀ ਤਾਂ ਤੂਫਾਨ ਆ ਗਿਆ ਐਤਕੀ, ਕਿਉਂਕਿ ਬਹੁਤ ਵੱਡੀ ਹਸਤੀ ਸਰਦੂਲ ਸਿਕੰਦਰ ਸਾਹਿਬ, ਜਿਹੜੇ ਸੁਰਾਂ ਦੇ ਸਿਕੰਦਰ ਉਹਨਾਂ ਨੂੰ ਕਹਿੰਦੇ ਨੇ ਉਹ, ਅਤੇ ਨਰਿੰਦਰ ਚੰਚਲ ਸਾਹਿਬ ਜਿਹੜੇ ਮੈਂ ਇਹ ਕਹਿੰਦਾ ਕਿ ਉਹ ਜਿਹੜਾ ਅਧਿਆਤਮਿਕਤਾ ਨਾ, ਧਾਰਮਿਕਤਾ, ਉਹਦੇ ਤਾਂ ਉਹ ਬਾਦਸ਼ਾਹ ਸੀਗੇ, ਉਹ ਤਾਂ ਰੱਬ ਸੀਗੇ ਇਸ ਮਾਮਲੇ 'ਚ। ਅਤੇ ਉਸ ਤੋਂ ਬਾਅਦ ਉਹ ਸ਼ੌਕਤ ਮਤੋਈ ਸਾਹਿਬ, ਅਤੇ ਸਾਡੇ
ਉਹ ਬਹੁਤ ਸੁਰੀਲਾ ਗਾਉਣ ਵਾਲੇ ਮਤੋਈ ਸਾਹਿਬ ਉਹ ਵੀ ਚਲੇ ਗਏ ਅਤੇ ਫਿਰ ਸਾਡੇ ਇਸ ਜਲੰਧਰ ਦੇ ਏਰੀਏ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਹਿੰਦੁਸਤਾਨ ਕੈਨੇਡਾ ਇੰਗਲੈਂਡ ਵਗੈਰਾ ਦੇ ਵਿੱਚ ਵੀ ਬੜੇ ਮਕਬੂਲ ਸੀਗੇ ਨਾਰੰਗ ਸਾਹਿਬ ਨਾਰੰਗ ਸਾਹਿਬ ਵੀ ਐਸ ਨਾਰੰਗ ਸਾਹਿਬ ਉਹ ਚਲੇ ਗਏ ਜੀ ਅਤੇ ਇਹ ਜਿਹੜਾ ਇਹ ਗਿਆ ਹੈ ਤਾਂ ਉਮੀਦਾਂ ਬਹੁਤ ਸੀ ਸਾਡੀਆਂ ਉਮੀਦਾਂ ਟੁੱਟ ਗਈਆਂ ਉਹ ਤਾਂ ਚਲੋ ਉਮਰ ਦਾ ਇੱਕ ਨਾਰੰਗ ਸਾਹਿਬ ਦੀ ਗੱਲ ਕਰੀਏ ਉਮਰ 28 ਸੀ ਬਹੁਤ ਕੁਛ ਦੇਖਿਆ ਸੀ ਇਹ ਤਾਂ ਹਜੇ ਪੌੜੀਆਂ ਚੜ੍ਹਦੇ ਪਿਆ ਸੀਗਾ ਚੜ੍ਹਦੇ ਪਏ ਇਹਦੇ ਬਾਰੇ ਤਾਂ ਸੋਚਿਆ ਹੀ ਬਹੁਤ ਕੁਛ ਸੀ ਇਹ ਤਾਂ ਫਿਲਮ ਐਕਟਰ ਬਣਨ ਦਾ ਮਾਮਲਾ ਸੀਗਾ ਮੇਰੇ ਜ਼ਹਿਨ 'ਚ ਵੀ ਇਹਨੇ ਐਕਟਰ ਬਣਨਾ ਫਿਰ ਫਿਲਮ ਇੰਡਸਟਰੀ ਤੱਕ ਵਰਲਡ ਲੈਵਲ 'ਤੇ ਗਾਉਣ ਵਾਲਾ ਸੀਗਾ ਅਤੇ ਕਰੀਏ ਕੀ ਜੀ ਹੁਣ ਰੱਬ ਅੱਗੇ ਜ਼ੋਰ ਨਹੀਂ ਹੈਗਾ ਬਿਲਕੁਲ ਔਰ ਲੈਂਬਰ ਹੁਸੈਨਪੁਰੀ ਜੀ ਵੀ ਪਹੁੰਚੇ ਨੇ ਲੈਂਬਰ ਭਾਅ ਜੀ ਵੱਡਾ ਘਾਟਾ ਸੰਗੀਤ ਜਗਤ ਨੂੰ ਪਿਆ ਹੈ ਮਹਿਜ 31 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਇੱਕ ਸਾਥੀ ਜਿਹੜਾ ਦੁਨੀਆ ਤੋਂ ਰੁਖਸਤ ਹੋ ਗਿਆ ਦੋ ਲਫ਼ਜ਼ ਦੇਖੋ ਜੀ ਸਾਲ ਹੀ ਬਹੁਤ ਮਾੜਾ ਚੜਿਆ ਜੀ ਕਲਾਕਾਰ ਸਾਡੇ ਫਨਕਾਰ ਇੰਨੇ ਇੱਥੇ ਜਾਈ ਜਾਂਦੇ ਆ ਮੈਂ ਤਾਂ ਸਵੇਰੇ ਨਿਊਜ਼ ਦੇਖੀ ਮੈਨੂੰ ਯਕੀਨ ਨਹੀਂ ਆ ਰਿਹਾ ਸੀਗਾ ਕਿਉਂਕਿ ਬਹੁਤ ਰੂਹ ਵਾਲਾ ਮੁੰਡਾ ਸੀਗਾ ਅੱਗੇ ਜਾਣ ਵਾਲਾ ਸੀ ਹੋਰ ਅੱਗੇ ਜਾਣ ਬਹੁਤ ਔਰ ਮੈਂ ਹਜੇ 31 ਸਾਲ ਦੀ ਜਿੱਦਾਂ ਮੈਂ ਜ਼ਿਕਰ ਕੀਤਾ ਹਜੇ ਤਾਂ ਬਹੁਤ ਬੁਲੰਦੀਆਂ ਤੱਕ ਜਾਣਾ ਸੀਗਾ ਉਸਨੇ ਜਿਹੜੀ ਉਮਰਾਂ ਨੂੰ ਨਹੀਂ ਦੇਖਦੀ ਨਾ ਤਾਂ ਜਾਤ ਪਾਤ ਨੂੰ ਦੇਖਦੀ ਨਾ ਉਮਰਾਂ ਨੂੰ ਦੇਖਦੀ ਇਹਨੇ ਜਦੋਂ ਆਉਣਾ ਆ ਹੀ ਜਾਣਾ ਇਹਨੇ ਦੱਸਣਾ ਇਹਦੇ ਅੱਗੇ ਜ਼ੋਰ ਨਹੀਂ ਬਾਅਦ 'ਚ ਦੋ ਗੱਲਾਂ ਹੀ ਰਹਿ ਜਾਂਦੀਆਂ ਹੌਸਲਾ ਰੱਖੋ ਜੀ ਪਰਮਾਤਮਾ ਦਾ ਨਾਮ ਜਪੋ ਇਹੀ ਚੀਜ਼ ਰਹਿ ਜਾਂਦੀ ਬੇਵਕਤੀ ਮੌਤ ਹਮੇਸ਼ਾ ਹੀ ਤੰਗ ਕੀਤਾ ਹਰ ਇੱਕ ਇਨਸਾਨ ਨੂੰ ਤੰਗ ਕੀਤਾ ਬਾਕੀ ਉਹ ਪੈੜਾਂ ਪਾਉਣ ਵਾਲਾ ਸੀਗਾ ਟਿੱਬਿਆਂ 'ਚ ਪੈੜਾਂ ਪਾਉਣ ਵਾਲਾ ਮੁੰਡਾ ਸੀ ਉਹ ਰੂਹ ਵਾਲਾ ਸੀਗਾ ਪਰ ਇਸ ਸਾਲ ਦੀ ਗੱਲ ਕਰੀਏ ਜਿੱਦਾਂ ਤੁਸੀਂ ਵੀ ਕਿਹਾ ਕਿ ਬਹੁਤ ਬੜਾ ਮਦਭਾਗਾ ਸਿਕੰਦਰ ਸਾਹਿਬ ਚਲੇ ਗਏ ਬੀ ਐਸ ਨਾਰੰਗ ਜੀ ਸੰਗੀਤ ਦੀਆਂ ਧੁਨਾਂ ਸੀਗੀਆਂ ਉਹ ਮੱਧਮ ਪੈ ਗਈਆਂ ਹੁਣ ਇਹ ਜਿਹੜਾ ਸੁਰੀਲਾ ਗਾਇਕ ਸੀਗਾ ਇਹ ਚੱਲ ਵਸਿਆ ਦੇਖੋ ਜੀ ਸਾਰੇ ਰੂਹ ਵਾਲੇ ਸੀਗੇ ਸੰਗੀਤ ਨਾ ਹੋਵੇ ਤਾਂ ਦੁਨੀਆਂ ਲੜ ਲੜ ਕੇ ਮਰ ਜਾਏ ਸੰਗੀਤ ਹੈਗਾ ਤਾਂ ਦੀਨ ਦੁਨੀਆਂ 'ਚ ਮੁਹੱਬਤ ਹੈਗੀ ਥੋੜ੍ਹੀ ਚੰਚਲ ਸਾਹਿਬ ਚਲ ਗਏ ਸਰਦੂਲ ਭਾਅ ਜੀ ਚਲ ਗਏ ਸਾਬਰ ਭਾਅ ਜੀ ਚਲ ਗਏ ਕਿੰਨੇ ਮਹਾਨ ਸੀਗੇ ਇਹਨਾਂ ਨੇ ਬਹੁਤ ਦੀਨ ਦੁਨੀਆਂ ਨੂੰ ਬੜਾ ਕੁਛ ਦਿੱਤਾ ਜੀ ਅਤੇ ਬਸ ਅਰਦਾਸ ਕਰਦੇ ਕਿ ਪਰਮਾਤਮਾ ਭਲੀ ਕਰੇ ਹੁਣ ਰਹਿਮ ਹੀ ਕਰੇ ਰਹਿਮ ਕਰੇ ਕੋਈ ਪਲ ਹੋਵੇ ਜਿਹੜਾ ਬਿਤਾਇਆ ਹੋਵੇ ਇਹਨਾਂ ਦੇ ਨਾਲ ਦੇਖੋ ਮੈਂ ਬਹੁਤਾ ਮਿਲਿਆ ਨੀਗਾ ਮੈਂ ਇੰਗਲੈਂਡ ਹੀ ਰਿਹਾ ਜ਼ਿਆਦਾ ਬਸ ਜਦੋਂ ਸ਼ੋਅ ਚੱਲਦਾ ਸੀ ਉਹਦਾ ਟੀ ਵੀ 'ਤੇ ਕਲਰ ਟੀ ਵੀ 'ਤੇ ਆਸ਼ਾ ਭੋਸਲੇ ਜੀ ਮੋਹਰੇ ਬੈਠੇ ਅਬਦਾ ਪ੍ਰਵੀਨ ਜੀ ਬੈਠੇ ਸੀ ਹਾਂਜੀ ਸੁਰਖਸ਼ਿਤ ਅਤੇ ਬੜੀ ਖੁਸ਼ੀ ਹੁੰਦੀ ਸੀ ਸਾਡੇ ਕਰਤਾਰਪੁਰ ਦਾ ਕਿਉਂਕਿ ਮੈਂ ਕਰਤਾਰਪੁਰ ਹੀ ਵਿਆਹਿਆ ਅਤੇ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਉੱਥੇ ਪ੍ਰੋਗਰਾਮ ਦੇਖੀਦਾ ਸੀ ਖਾਸ ਕਰਕੇ ਮੈਂ ਇਹਨੂੰ ਦੇਖਦਾ ਸੀ ਕਿਉਂਕਿ ਇੰਨਾ ਮਿੱਠਾ ਸੁਰ ਇੰਨੀ ਸਮਝ ਪਕੜ ਸੁਰ ਦੀ ਕਰਨੀ ਠਹਿਰਾ ਉਹ ਬੜਾ ਬਹੁਤ ਜ਼ਿਆਦਾ ਸੀਗਾ ਮੈਂ ਇੱਕ ਦੋ ਵਾਰੀ ਬਸ ਮਿਲਿਆ ਉਹਦੇ ਵਿੱਚ ਅਦਬ ਦੇਖਿਆ ਕਿਉਂਕਿ ਉਹਨੇ ਪੈਰੀ ਹੱਥ ਲਾ ਕੇ ਅਤੇ ਮੈਨੂੰ ਬਸ ਇਹ ਪੁੱਛਣਾ ਵੀ ਠੀਕ ਠਾਕ ਹੈ ਸਾਰੇ ਘਰ ਅਤੇ ਆਇਓ ਘਰੇ ਵਿਆਹ ਦਾ ਵੀ ਕਹਿਣ ਗਿਆ ਸੀ ਮੈਂ ਇੰਗਲੈਂਡ ਸੀਗਾ ਉਦੋਂ ਪਰ ਆਹ ਨਹੀਂ ਸੀ ਪਤਾ ਵੀ ਇਸ ਸਮੇਂ ਆਉਣਾ ਦੁੱਖ ਆ ਬਹੁਤ ਸਾਡੇ ਸਾਰੇ ਕਲਾਕਾਰਾਂ ਨੂੰ ਬਹੁਤ ਪਿਆਰ ਕਰਦਾ ਸੀ ਸਾਰੇ ਵੱਡੇ ਛੋਟੇ ਦਾ ਉਹ ਆਰਟਿਸਟ ਅੱਛਾ ਹੀ ਹੁੰਦਾ ਜੀ ਜਿਹਨੂੰ ਵੱਡੇ ਛੋਟੇ ਦਾ ਅਦਬ ਸਤਿਕਾਰ ਉਹ ਬਸ ਉਹ ਬਿਲਕੁਲ ਅੱਜ ਦਿਲਜਾਨ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ ਪਰ ਉਹਨਾਂ ਦੇ ਵੱਲੋਂ ਜਿਹੜੇ ਗਾਏ ਹੋਏ ਗੀਤ ਨੇ ਜਿਹੜੇ ਪ੍ਰਸ਼ੰਸਕ ਨੇ ਉਹ ਹਮੇਸ਼ਾ ਜਿਹੜੇ ਨੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਔਰ ਰਹਿੰਦੀ ਦੁਨੀਆ ਤੱਕ ਜਿਹੜਾ ਹੈ ਇਹ ਛੋਟੀ ਉਮਰ ਦੇ ਵਿੱਚ ਨਾਮਣਾ ਵੱਡਾ ਤਾਂ ਕਰ ਗਿਆ ਰਹਿੰਦੀ ਦੁਨੀਆ ਤੱਕ ਜਿਹੜਾ ਯਾਦ ਕੀਤਾ ਜਾਊਗਾ ਇਹਦੇ ਵੱਲੋਂ ਜਿਹੜੀਆਂ ਸੰਗੀਤਕ ਧੁਨਾਂ ਜਿਹੜੀਆਂ ਮਕਾਈਆਂ ਗਈਆਂ ਨੇ ਉਸਨੂੰ ਯਾਦ ਕੀਤਾ ਜਾਊਗਾ ਵੀਡੀਓ ਜਰਨਲਿਸਟ ਜਤਿਨ ਦੇ ਨਾਲ ਮੈਂ ਅਮਨ ਚੰਡ ਦੈਨਿਕ ਸਵੇਰਾ ਟੀਵੀ ਕਰਤਾਰਪੁਰ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374946 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98
ਸੀ 85588 38617।